पातशाह गरीब निवाज दे चरणा विच काबल तो आई संगत बेनती की गरीब निवाज काबल चलो। गुरु हर राय साहब महाराज सच्चे पातशाह ने बेनती सुनी प्यार विच आ गए। साज संगत तुहाडी इच्छा बड़ी अच्छी बहुत उत्तम है। जे गुर आवे चल के धन सिख दे भाग, अजे सिख दे घर कोई समागम होवे। जे सिख सिदक वाला है तां सब तो पहला गुरु ग्रंथ साहब लियावे, क्योंकि गुरु ग्रंथ साहब गुरु नानक दी जोत है। गुरु नानक सच्चे पातशाह ने जिस वेली उंगली कीती भाई लेने वाली, गुरु नानक की जोत लैने विच निवास कर गए, पर शकलां तो नहीं सन मिली। शकलां तो आपो आप सन, असी शकलां नू पूजिया ही नहीं, असी तो जोत नू पूजिया। ते जोत उत्थे जिथे उंगली कीती। इसे तरह जोत ओहा जुगत साए सह काया फेर पलटी है। हुण गुरु ग्रंथ साहब का आकार होर है, शकल होर है, पर क्योंकि उंगली कीती है इधर, इस वास्ते वो जोत इत्थे है। असी उस जोत दे उपासक, असी उस जोत नूं मनदे आए। लैणे दी शकल नहीं मन्नी, अमरदास दी शकल नहीं वेखी, रामदास दी शकल नूं असी मुख नहीं रखिया। असी मुख किस नूं रखिया है? उस जोत। ओ गुरु नानक दी जोत जिथे जिथे आई, असा उस नूं गुरु नानक कर जाता। ओ जोत गुरु नानक दी निरंकारी इस वेले गुरु ग्रंथ साहब विच है। तो जे कोई सिदक भावना भरोसे नाल जपेगा तो यह तो बाणी आप ही आखदी है, अपने सेवक की आपे राखे आपे नाम जपावे, जय जय काज किरत सेवक की। कोई आखे गुरु ग्रंथ साहब दे कोई पैर हन जिहड़ा भज के जाएगा? कोई पैरां दी लोड़ है गुरु नूं? पैरां नाल भज के जाएगा। मक्खन शाह लबाणे ने किथे समुद्र विच बेनती कीती ते नवें पातशाह बैठे सन बाबे बकाले, कोई पैरां नाल दौड़ के गए सन?
ਉਹ ਤਾਂ ਗੁਰੂ ਜਿੱਥੇ ਬੈਠਾ ਉਹ ਨਿਰੰਕਾਰ ਦੀ ਜੋਤ ਹੈ, ਉਸਦਾ ਫੁਰਨਾ ਹੀ ਸਭ ਕੁਝ ਕਰਦਾ। ਕਦੇ ਲੋਹੇ ਵਿੱਚੋਂ ਨਹੀਂ ਕੋਈ ਪੈਦਾ ਹੋਇਆ, ਪਰ ਪ੍ਰਹਲਾਦ ਦੀ ਰੱਖਿਆ ਵਾਸਤੇ ਨਰਸਿੰਘ ਭਗਵਾਨ ਨੂੰ ਉਸ ਲੋਹੇ ਦੇ ਥੰਬ ਵਿੱਚੋਂ ਪ੍ਰਗਟ ਹੋਣਾ ਪਿਆ। ਇਹ ਤਾਂ ਮਰਿਆਦਾ ਤਾਂ ਇਹ ਹੈ ਨਾ, ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਮਾਤਾ ਪਿਤਾ ਬਿਨਾਂ ਕੋਈ ਪੈਦਾ ਹੋ ਹੀ ਨਹੀਂ ਸਕਦਾ। ਪਰ ਜਿਵੇਂ ਉਹਨਾਂ ਨੂੰ ਲੋੜ ਨਾ ਪਈ, ਨਾ ਮਾਤਾ ਦੀ ਨਾ ਪਿਤਾ ਦੀ, ਲੋੜ ਪੈ ਗਈ ਤਤਕਾਲ ਪ੍ਰਗਟ ਹੋਣ ਦੀ, ਤਾਂ ਲੋਹੇ ਦੇ ਵਿੱਚੋਂ ਥੰਬ ਫੋੜ ਪ੍ਰਗਟਿਆ। ਕੋਈ ਪੈਰਾਂ ਨਾਲ ਭੱਜ ਕੇ ਆਇਆ ਸੀ, ਕਿਸੇ ਮਾਤਾ ਪਿਤਾ ਦਾ ਜੰਮਿਆ ਜਾਇਆ ਸੀ? ਨਹੀਂ, ਕਾਰਕ ਲੋਕ ਆਪਣੀ ਇੱਛਾ ਵਿੱਚ ਵਰਤਦੇ ਹਨ। ਉਹਨਾਂ ਦੀ ਇੱਛਾ ਆ ਜਾਵੇ ਤਾਂ ਫਿਰ ਸਿੱਖ ਬਾਵੇਂ ਕਿਤੇ ਬੈਠਾ। ਸਿੱਖ ਨੇ ਅਰਦਾਸ ਕੀਤੀ ਹੈ ਕਿ ਝੱਟ ਪਹੁੰਚੀ, ਝੱਟ ਪਹੁੰਚੀ ਕੇ ਕਾਰਜ ਰਾਸ, ਸਤਿ ਸ੍ਰੀ ਬੋਲੋ ਸ੍ਰੀ। ਤੋ ਕਾਰਜ ਤਾਂ ਉਸ ਜੋਤ ਨੇ ਕਰਨੇ ਹਨ, ਅਸੀਂ ਉਸ ਜੋਤ ਦੇ ਉਪਾਸ਼ਕ ਹਾਂ। ਗੁਰੂ ਹਰਿਰਾਇ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਜੋਤ ਗੁਰੂ ਨਾਨਕ ਦੀ। ਸੰਗਤ ਨੇ ਬੇਨਤੀ ਕੀਤੀ, ਗਰੀਬ ਨਵਾਜ ਕਾਬਲ ਚੱਲੋ, ਸਾਡਾ ਵਸੇਬਾ ਦੂਰ ਦਾ ਹੈ, ਅਸੀਂ ਛੇਤੀ ਛੇਤੀ ਆ ਨਹੀਂ ਸਕਦੇ। ਪਰ ਪਾਤਸ਼ਾਹ ਅੱਖਾਂ ਤਰਸਦੀਆਂ ਰਹਿੰਦੀਆਂ ਹਨ ਤੇਰੇ ਦੀਦਾਰ ਨੂੰ, ਕਿਰਪਾ ਕਰੋ ਸਾਡੇ ਨਾਲ ਚੱਲੋ, ਉਸ ਕਠੋਰ ਧਰਤੀ ਨੂੰ ਵੀ ਭਾਗ ਲਾਓ ਜੇ ਸਾਨੂੰ ਐਡੀ ਦੂਰ ਸੁੱਟਿਆ ਜੇ ਤਾਂ ਪਾਤਸ਼ਾਹ ਉੱਥੇ ਚਰਨ ਵੀ ਪਾਓ, ਉੱਥੇ ਆਪਣੇ ਨਾਮ ਦਾ ਝੰਡਾ ਝੁਲਾਓ। ਅਤ ਪਿਆਰ ਵੇਖ ਕੇ ਸਿੱਖਾਂ ਦਾ ਸਾਹਿਬ ਬੜੇ ਗਦਗਦ ਹੋਏ, ਪਿਆਰ ਵਿੱਚ ਆਏ, ਕਹਿਣ ਲੱਗੇ ਚੱਲਾਂਗੇ। ਸਿੱਖ ਬੜੇ ਖੁਸ਼ ਹੋਏ, ਕਦੋਂ ਚੱਲੋਗੇ? ਭਾਈ ਜਦੋਂ ਆਖੋ। ਬਹੁਤ ਅੱਛਾ, ਕੁਛ ਦਿਨ ਰਹੇ, ਤੁਰਨ ਦੀ ਤਿਆਰੀ ਕੀਤੀ ਤੇ ਕੀਤੀ ਬੇਨਤੀ ਗਰੀਬ ਨਵਾਜ, ਅੱਜ ਫਿਰ ਚੱਲੋ, ਅੱਜ ਸੰਗਤ ਤਿਆਰ ਹੈ ਵਾਪਸ ਜਾਣ ਨੂੰ, ਅੱਜ ਸਾਡੇ ਨਾਲ ਚੱਲੋ। ਕਹਿਣ ਲੱਗੇ ਸਤ ਬਚਨ। ਸਾਹਮਣੇ ਖੜੋਤਾ ਸੀ ਸੇਵਾਦਾਰ ਗੁਰੂ ਕਾ ਸਿੱਖ, ਹਜ਼ੂਰ ਨੇ ਆਵਾਜ਼ ਦਿੱਤੀ, ਭਾਈ ਗੋਂਦਾ ਜੀ ਪਾਤਸ਼ਾਹ। ਭੱਜ ਕੇ ਆਇਆ, ਮੱਥਾ ਟੇਕੀ, ਉਸ ਗੋਂਦਿਆ ਸੰਗਤ ਜਾ ਰਹੀ ਹੈ ਕਾਬਲ, ਨਾਲ ਚਲਾ ਜਾ। ਸੰਗਤ ਦਾ ਰੋਣ ਨਿਕਲ ਗਿਆ, ਪਾਤਸ਼ਾਹ ਅਸੀਂ ਤਾਂ ਤੁਹਾਡੀਆਂ ਆਸਾਂ ਲਾਈ ਬੈਠੇ ਸਾਂ, ਤੁਸਾਂ ਵਚਨ ਵੀ ਕੀਤਾ ਸੀ ਚੱਲਾਂਗੇ, ਤੇ ਹੁਣ ਸਿੱਖ ਨੂੰ ਪਏ ਆਖਦੇ ਹੋ ਨਾਲ ਜਾ, ਤੇ ਤੁਸੀਂ ਆਖਣ ਲੱਗੇ ਅਸੀਂ ਆਪਣਾ ਰੂਪ ਕਰਕੇ ਤੁਹਾਡੇ ਨਾਲ ਭੇਜ ਰਹੇ, ਭਾਈ ਗੋਂਦੇ ਨੂੰ ਲੈ ਜਾਓ। ਪਾਤਸ਼ਾਹ ਤੁਸੀਂ ਚੱਲੋ, ਆਖਣ ਲੱਗੇ ਮੇਰਾ ਦਰਸ਼ਨ ਕਰਨਾ ਹੈ ਨਾ, ਜਿਸ ਵੇਲੇ ਸਵੇਰੇ ਆ ਕੇ ਗੋਂਦੇ ਦਾ ਦਰਸ਼ਨ ਕਰੋਗੇ, ਇਹਦੇ ਵਿੱਚ ਤੁਹਾਨੂੰ ਮੇਰਾ ਦਰਸ਼ਨ ਹੋਵੇਗਾ। ਸਤ ਬਚਨ, ਸਤ ਬਚਨ। ਭਾਈ ਗੋਂਦੇ ਨੂੰ ਨਾਲ ਲੈ ਕੇ ਚਲੇ ਗਏ। ਜਿਸ ਵੇਲੇ ਪਹੁੰਚੇ ਕਾਬਲ, ਤੁਰਨ ਵੇਲੇ ਭਾਈ ਗੋਂਦੇ ਨੇ ਆਖਿਆ, ਗਰੀਬ ਨਵਾਜ ਸੰਗਤ ਦੇ ਨਾਲ ਪਏ ਭੇਜ ਦੇ, ਵਰਦਾਨ ਦੇ ਕੇ ਸੰਗਤ ਨੂੰ ਤਾਂ ਤੁਹਾਡਾ ਦਰਸ਼ਨ ਮੇਰੇ ਵਿੱਚ ਹੋ ਜਾਏਗਾ, ਤੇ ਮੈਨੂੰ ਤੁਹਾਡਾ ਦਰਸ਼ਨ ਕਿਵੇਂ ਹੋਵੇਗਾ? ਤਾਂ ਕਹਿਣ ਲੱਗੇ ਗੋਂਦਿਆ, ਜਿਸ ਵੇਲੇ ਇਸ਼ਨਾਨ ਕਰੇਗਾ, ਅੱਗੇ ਆਸਨ ਵਿਛਾਏਗਾ, ਜਪਜੀ ਸਾਹਿਬ ਦਾ ਪਾਠ ਪੜੇਗਾ, ਉਸ ਆਸਨ ਤੇ ਅਸੀਂ ਬੈਠੇ ਹੋਵਾਂਗੇ। ਦੇਖ ਲੈ, ਸਤ ਵਚਨ, ਸੰਗਤ ਸਿੱਖ ਨੂੰ ਨਾਲ ਲਿਜਾ ਰਹੀ ਹੈ, ਸਿੱਖ ਵਰਦਾਨ ਲੈ ਕੇ ਜਾ ਰਹੇ ਹੈ ਪਾਤਸ਼ਾਹ ਕੋਲੋਂ। ਜਿਸ ਵੇਲੇ ਪਹੁੰਚੇ ਕਾਬਲ, ਰਾਤ ਬੀਤੀ, ਭਾਈ ਗੋਂਦੇ ਨੇ ਇਸ਼ਨਾਨ ਕੀਤਾ, ਆਸਨ ਵਿਛਾਇਆ ਅੱਗੇ, ਤੇ ਸਨਮੁਖ ਬਹਿ ਕੇ ਲੱਗਾ ਜਪਜੀ ਸਾਹਿਬ ਦਾ ਪਾਠ ਕਰਨ। ਪਹਿਲੇ ਤਾਂ ਅੱਖਾਂ ਬੰਦ ਕਰਕੇ ਪਾਠ ਕਰਦਾ ਰਿਹਾ, ਪਰ ਖਿਆਲ ਆਇਆ, ਹਜ਼ੂਰ ਨੇ ਆਖਿਆ ਸੀ ਗੋਂਦਿਆ ਜਿਸ ਵੇਲੇ ਵੇਖੇਗਾ ਅਸੀਂ ਬੈਠੇ ਹੋਵਾਂਗੇ, ਭਲਾ ਵੇਖਾਂ ਤਾਂ ਸਹੀ। ਜਪਜੀ ਦਾ ਪਾਠ ਕਰਦਿਆਂ ਕਰਦਿਆਂ ਭਾਈ ਗੋਂਦੇ ਨੇ ਜਿਸ ਵੇਲੇ ਅੱਖਾਂ ਖੋਲੀਆਂ ਤਾਂ ਕੀ ਤੱਕਿਆ, ਸਾਹਮਣੇ ਗੁਰੂ ਹਰਿਰਾਇ ਸਾਹਿਬ ਬੈਠੇ, ਸੱਤਵੇਂ ਪਾਤਸ਼ਾਹ ਵਿਰਾਜ ਰਹੇ। ਚੜ ਗਿਆ ਚੋਖਾ, ਚੋਖਾ ਦਿਨ ਚੜ ਆਇਆ, ਸੰਗਤ ਬਾਹਰ ਪਈ ਉਡੀਕਦੀ ਹੈ, ਭਾਈ ਗੋਂਦੇ ਨੇ ਬੂਹਾ ਨਹੀਂ ਖੋਲਿਆ, ਹੁਣ ਕਿਆ ਕਰੀਏ? ਇੱਧਰ ਭਾਈ ਗੋਂਦਾ ਚਰਨਾਂ ਨੂੰ ਗੁਲਵਕੜੀ ਪਾਈ ਬੈਠਾ, ਤੇ ਇੱਧਰ ਕੀਰਤਪੁਰ ਵਿੱਚ ਸਾਹਿਬ ਬੈਠੇ ਸਨ, ਕੀਰਤਨ ਦਾ ਭੋਗ ਪੈ ਚੁੱਕਾ, ਤੇ ਹਜ਼ੂਰ ਬੈਠੇ ਹਨ। ਸੰਗਤ ਨੇ ਬੇਨਤੀ ਕੀਤੀ, ਗਰੀਬ ਨਵਾਜ ਚਲੋ ਜਲ ਪਾਣੀ ਵਰਤੋ। ਸੰਗਤ ਸਾਰੀ ਆਪਦੇ ਸੀਤ ਪ੍ਰਸਾਦ ਨੂੰ ਉਡੀਕ ਰਹੀ ਹੈ, ਜਰਾ ਅੱਖਾਂ ਖੋਲੀਆਂ ਫਿਰ ਬੰਦ ਕਰ ਲਈ। ਜਦ ਬਾਅਦ ਫਿਰ ਬੇਨਤੀ ਹੋਈ, ਗਰੀਬ ਨਵਾਜ ਜਿਹੜੇ ਬਿਰਧ ਹਨ ਵਿਚਾਰੇ, ਔਰ ਜਿਹੜੇ ਬਾਲ ਹਨ,
ਉਹ ਭੁੱਖੇ ਆਪ ਕੁਝ ਰਸਨਾ ਦੇ ਨਾਲ ਲਾਓਗੇ ਤਾਂ ਪ੍ਰਸਾਦ ਵਰਤੇਗਾ। ਹਜ਼ੂਰ ਨੇ ਫਿਰ ਥੋੜੇ ਨੇਤਰ ਖੋਲੇ ਤੇ ਮੀਟ ਲਏ। ਤੀਜੀ ਵਾਰੀ ਜਿਸ ਵੇਲੇ ਫਿਰ ਬੇਨਤੀ ਕੀਤੀ ਤਾਂ ਸਾਹਿਬ ਨੇ ਆਖਿਆ ਕਿਵੇਂ ਉੱਠਾਂ, ਕਾਬਲ ਵਿੱਚ ਬਾਈ ਗੋਂਦਾ ਚਰਨ ਫੜੀ ਬੈਠਾ, ਉੱਠਣ ਨਹੀਂ ਦਿੰਦਾ। ਇਹ ਬਾਦਸ਼ਾਹ ਜੋ ਕੁਛ ਮੰਗਦਾ ਬਖਸ਼ ਦਿਓ, ਚਰਨ ਛੁਡਾ ਲਓ, ਜੋ ਕੁਝ ਮੰਗਦਾ ਦੇ ਦਿਓ। ਆਂਦੇ ਨੇ ਕਈ ਵਾਰੀ ਆਖਿਆ ਗੋਂਦਿਆ ਮੰਗ ਲੈ, ਚਰਨ ਛੱਡ ਦੇ, ਕੁਛ ਮੰਗ ਲੈ। ਤਾਂ ਕੀ ਮੰਗਦਾ? ਆਖਦਾ ਜੀ ਬਸ ਚਰਨ ਹੀ ਮੰਗਦਾ, ਹੋਰ ਕੁਛ ਨਹੀਂ ਮੰਗਦਾ, ਚਰਨ ਮੰਗਦਾ। ਨਾ ਗੋਂਦਾ ਚਰਨ ਛੱਡੇ ਤੇ ਨਾ ਸਾਹਿਬ ਦੀਵਾਨ ਚ ਉੱਠ। ਦੁਪਹਿਰਾ ਹੋ ਗਈ, ਉਧਰ ਕਾਬਲ ਵਿੱਚ ਸੰਗਤ ਬੜੀ ਵਿਆਪਕ, ਖਬਰੇ ਅੰਦਰ ਕੀ ਹੈ, ਸੁੱਖ ਹੋਵੇ ਸਹੀ। ਰਾਤੀ ਚੰਗੇ ਵੇਲੇ ਭਾਈ ਸਾਹਿਬ ਸੁੱਤੇ ਹਨ, ਅੰਦਰੋਂ ਬੂਹਾ ਬੰਦ ਕਰਕੇ ਤੇ ਹੁਣ ਬੂਹਾ ਨਹੀਂ ਖੁੱਲਦਾ। ਆਵਾਜ਼ਾਂ ਦਿੱਤੀਆਂ ਨੇ, ਕੋਈ ਜਵਾਬ ਨਹੀਂ। ਤਾਂ ਸੰਗਤ ਨੇ ਬੂਹਾ ਤੋੜਿਆ, ਦਰਵਾਜ਼ਾ ਤੋੜਿਆ ਤੇ ਅੰਦਰ ਜਾ ਕੇ ਕੀ ਡਿੱਠਾ, ਆਸਣ ਦੇ ਉੱਤੇ ਭਾਈ ਗੋਂਦੇ ਦਾ ਸੀਸ ਹੈ ਤੇ ਸਾਹਮਣੇ ਬਾਦੋ ਦੀ ਝੜੀ ਲੱਗ ਰਹੀ ਹੈ। ਨਹੀਂ ਗਰੀਬ ਨਵਾਜ, ਮੈਂ ਚਰਨ ਮੰਗਦਾ, ਚਰਨ ਨਾ ਛੱਡੋ, ਸਰੀਰ ਕੱਲ ਜਾਏ। ਸੰਗਤ ਨੇ ਸੋਚਿਆ ਅਚਰਜ ਹੈ, ਬੇਹੋਸ਼ੀ ਵਿੱਚ ਬੋਲੀ ਜਾਂਦੇ ਹਨ, ਦੇਖੋ ਬਈ ਕੋਈ ਬੁਖਾਰ ਤਾਂ ਨਹੀਂ, ਕੋਈ ਤਾਪ ਤਾਂ ਨਹੀਂ, ਕੋਈ ਸਰੀਰ ਵਿੱਚ ਹੋਰ ਖੇਚਲ ਤਾਂ ਨਹੀਂ। ਤਾਂ ਸੰਗਤ ਨੇ ਫੜ ਕੇ ਦੋਵਾਂ ਮੋਢਿਆਂ ਤੋਂ ਜਿਸ ਵੇਲੇ ਉਠਾਇਆ, ਭਾਈ ਗੋਂਦੇ ਨੂੰ ਸੁਰਤ ਆਈ ਤੇ ਉਧਰ ਚਰਨ ਛੁੱਟ ਗਿਆ। ਇੱਧਰ ਕੀਰਤਪੁਰ ਵਿੱਚ ਸਾਹਿਬ ਉੱਠੇ, ਜਾ ਕੇ ਜਲ ਪਾਣੀ ਵਰਤਿਆ। ਆਖਿਆ ਕਈਆਂ ਦੇ ਮਨਾਂ ਵਿੱਚ ਸੰਸਾ ਰਹਿ ਗਿਆ ਸੀ, ਬਈ ਕਿੱਥੇ ਕਾਬਲ ਤੇ ਕਿੱਥੇ ਕੀਰਤਪੁਰ, ਬਈ ਆ ਦਿਨ ਤੇ ਸਮਾਂ ਲਿਖ ਲਓ, ਜਦ ਗੋਂਦਾ ਆਵੇ ਤਸੱਲੀ ਕਰ ਲੈਣੀ। ਤੇ ਜਿਸ ਵੇਲੇ ਉਧਰ ਭਾਈ ਗੋਂਦੇ ਨੂੰ ਸੰਗਤ ਨੇ ਚੁੱਕਿਆ ਤਾਂ ਭਾਈ ਗੋਂਦੇ ਦੀ ਸੁਰਤ ਆਈ ਤੇ ਆਖਿਆ ਸਾਧ ਸੰਗਤ ਕਿਉਂ ਵਿਛੋੜਿਆ ਜੇ ਚਰਨਾਂ ਨਾਲੋਂ, ਚਰਨਾਂ ਨਾਲੋਂ ਕਿਉਂ ਵਿਛੋੜਿਆ। ਗੁਰੂ ਹਰਿਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਬੈਠੇ ਸਨ, ਮੈਂ ਚਰਨਾਂ ਨੂੰ ਗਲੋਖੜੀ ਪਾਈ ਬੈਠਾ ਸਾਂ, ਆ ਤੁਸੀਂ ਦਰਵਾਜ਼ਾ ਤੋੜ ਕੇ ਅੰਦਰ ਆਏ ਤੇ ਮੈਨੂੰ ਚੁੱਕਿਆ, ਮੇਰੀ ਸੁਰਤ ਗਈ ਪਿਛਾ ਪ੍ਰਤੀ ਤੇ ਉਧਰ ਸਾਹਿਬ ਅਲੋਪ ਹੋ ਗਏ। ਸਾਧ ਸੰਗਤ ਇਹ ਹਨ ਚਰਨ ਗੁਰੂ ਨਾਨਕ, ਔਰ ਇਹ ਹਨ ਸਿੱਖ ਗੁਰੂ ਨਾਨਕ ਦੇ ਚਰਨਾਂ ਦੇ ਉਪਾਸ਼ਕ। ਇਤਿਹਾਸ ਇਸੇ ਵਾਸਤੇ ਵਾਚਦੇ ਹਾਂ ਕਿ ਖਬਰੇ ਕਦੇ ਕੋਈ ਸਾਡੀ ਵੀ ਤਾਰੀਖ ਲੱਗੀ ਹੋ, ਸਾਡਾ ਵੀ ਕੋਈ ਦਿਨ ਐਸਾ ਮਿੱਥਿਆ ਹੋਇਆ ਹੋਵੇ, ਕੋਈ ਦਿਨ ਸੁਭਾਗਾ ਸਾਡੀ ਹਯਾਤੀ ਵਿੱਚ ਵੀ ਆਉਣ ਵਾਲਾ ਹੋਵੇ ਕਿ ਕੁਝ ਸੁਣਦਿਆਂ ਪੜ੍ਹਦਿਆਂ ਕੁਝ ਪ੍ਰਸਾਦ ਸਾਨੂੰ ਵੀ ਮਿਲ ਜਾਏ, ਗੁਰੂ ਕੇ ਚਰਨ ਸਾਨੂੰ ਵੀ ਮਿੱਠੇ ਮਿੱਠੇ ਲੱਗਣ ਲੱਗ ਜਾਣ। ਉਚਾਰਨ ਕਰੋ ਸ੍ਰੀ ਵਾਹਿਗੁਰੂ, ਮਾਈ ਚਰਨ ਗੁਰ ਮਿੱਠੇ, ਇਹ ਬੜੇ ਮਿੱਠੇ ਜੀ। ਸਵੇਰੇ ਉੱਠਿਆ ਕਰੋ, ਇਸ਼ਨਾਨ ਕਰਿਆ ਕਰੋ, ਜਪਜੀ ਸਾਹਿਬ ਦਾ ਪਾਠ ਪੜ੍ਹਦੇ ਹਾਂ, ਧਿਆਨ ਧਰ ਲਿਆ ਗੁਰੂ ਨਾਨਕ ਦੇ ਚਰਨਾਂ ਦਾ, ਜੈਸਾ ਵੀ ਧਰ ਲਓ, ਇਹ ਬੁੱਤ ਪ੍ਰਸਤੀ ਨਹੀਂ, ਜੈਸਾ ਧਿਆਨ ਧਰ ਲਓ ਗੁਰੂ ਨਾਨਕ ਨੂੰ ਜੈਸਾ ਬਣਾ ਕੇ ਆਖੋ ਸਾਹਮਣੇ ਆ, ਉਸੇ ਰੰਗ ਵਿੱਚ ਆਏਗਾ, ਇਹ ਉਹਦਾ ਬਿਰਦ ਹੈ। ਅਸੀਂ ਹੁਣ ਪਹਿਲਾਂ ਇਹ ਪਰਖੀਏ ਵੀ ਅਸਲ ਕਿਹੋ ਜਿਹਾ ਸੀ, ਉਹ ਤੂੰ ਕੈਸਾ ਮਨ ਵਿੱਚ ਦਰ ਲੈ। ਸਤਿਗੁਰੂ ਨੂੰ ਜਿਹੋ ਜਿਹਾ ਕੋਈ ਘਰ ਜਾਣੇ ਤਿਹੋ ਜਿਹਾ ਹੋਇਓ, ਪਰ ਲੋੜ ਪਿਆਰ ਦੀ ਹੈ, ਲੋੜ ਹੈ ਪ੍ਰੇਮ ਦੀ, ਪ੍ਰੇਮ ਨਾਲ ਅੰਮ੍ਰਿਤ ਵੇਲੇ ਉੱਠੋ, ਸਵੇਰੇ ਉੱਠੋ, ਸੂਰਜ ਚੜ੍ਹੇ ਉੱਠਿਆ ਨਾ ਉੱਠਿਆ ਬਰਾਬਰ ਹੈ, ਜੇ ਸੂਰਜ ਚੜ੍ਹ ਆਇਆ ਤਾਂ ਕਾਹਦਾ ਉੱਠਿਆ, ਹੁਣ ਸੁੱਤਾ ਰਹੋ ਸਾਰਾ ਦਿਨ, ਹੁਣ ਤਾਂ ਆਪਣੀਆਂ ਕੰਮਾਂ ਵਾਸਤੇ ਉੱਠਣਾ ਹੀ ਨਾ, ਪਰ ਗੁਰੂ ਵਾਸਤੇ ਉੱਠੇ ਤਾਂ ਜਾਣੀਏ, ਉਹ ਉੱਠਣਾ ਹੈ ਅੰਮ੍ਰਿਤ ਵੇਲੇ, ਸੂਰਜ ਤੋਂ ਪਹਿਲਾਂ ਇਸ਼ਨਾਨ ਕਰਕੇ, ਜਪਜੀ ਸਾਹਿਬ ਦਾ ਪਾਠ ਕਰਕੇ, ਗੁਰੂ ਦੇ ਚਰਨਾਂ ਦਾ ਧਿਆਨ ਧਰ ਕੇ, ਫਿਰ ਝਟਕ ਸੰਗਤ ਵਿੱਚ ਆ ਪਾ, ਸੰਗਤ ਵਿੱਚ ਆ ਬਹੋ, ਉਹ ਜਿਹੜੇ ਤੂੰ ਪੂਰਨੇ ਪਾਏ ਨਾ ਘਰ, ਉਹ ਇੱਥੇ ਤੈਨੂੰ ਸਾਖਿਆਤਕਾਰ ਹੋ ਜਾਣਗੇ, ਉਹ ਉਗੜ ਆਉਣਗੇ, ਉਹ ਧੁੰਦਲੇ ਖਾ ਕੇ ਤੇਰੇ ਅੱਗੇ ਪ੍ਰਤੱਖ ਮਨ ਖਿਲਾਉਣਗੇ, ਫਿਰ ਤੇਰੀ ਰਸਨਾ ਨਹੀਂ ਗਾਏਗੀ, ਤੇਰਾ ਲੂੰ ਲੂੰ ਗਾਏਗਾ।
आखो श्रीवा धन मेरा सच्चा पातशाह जिसकी कृपा नाल ए समागम सज रहा और धन मेरे पातशाह दे सिख प्यारे सिदक वाले जिथे जिथे जिन्हें सुनिए भजदा है ए घड़ी सफल घड़ी यादगारी घड़ी कोई कोई समा यादगारी हुंदा है जिंदगी दा जिंदगी तो गुजर जाती है पर ओ यादगार अखां दे सामने सदा रहिंदी ए समा यादगारी है गुरु कृपा करे तुहानू ते मैनू इस समय दा फल ए प्राप्त होवे के साडी गुरु नाल संगत नाल कीर्तन नाल बणिया हुण कीर्तन समाप्ति भुलां चुका बख्शणियां